पग पंकज बंदन, पग पंकज बंदन, सिमरो अंगद दोख निकंदन। अमरदास गुर हृदय त्यावो, गुर हृदय त्यावो, श्री गुरु रामदास गुण गावो, श्री अर्जुन बिघ्नन के नाशक, बिघ्नन के नाशक, श्री हर गोविंद शुभ सुमत प्रकाशक, श्री हर राय नमो कर जोरी, नमो कर जोरी, गुरु हर कृष्ण मनाए बहोरी, गुरु तेग बहादुर परम केर पाला, वाहिगुरु परम केर पाला, श्री गुरु गोबिंद सिंह विशाला, तरों धरा पर पुन पुन शीशा, वाहिगुरु पुन पुन शीशा, बंदों बार बार जगदीशा, जिसमें अमृत ज्ञान है माणक भगत बैराग, श्री गुरु ग्रंथ साहिब उदद बंदों करि अनुराग, एक अंकारा सतगुरु तेह प्रसाद सच होए, वाहिगुरु जी की फतेह बिघ्न विनाशन सोए। सतनाम श्री वाहिगुरु साहिब जी। चौपाई बहुत प्रसन्न शाहो मन भयो, अत सन्मानत संसय शयो, उठ श्री राम राय गे डेरे, अजमत देत ना लावत देरे। बहुत प्रसन्न शाहो मन भयो, सच्चे पातशाह गरीब नवाज, दीन दुनिया दे मालक, चवर छतर तख्त दे मालक, समर्थ गुरु प्रतख गुरु, दीन दयाल कृपाल अंतर्यामी, पूर्ण पार ब्रह्म परमेश्वर, वाहिगुरु अकाल पुरख जी दे सरगुण स्वरूप, दासां गरीबां सिखां सेवकां साडे सारिआं दे उत्ते कृपा करन वाले, दया करन वाले, रहमतां करन वाले, बख्शिशां करन वाले, धन धन सतगुरु गरीब नवाज अंतरयामी, धन धन श्री गुरु ग्रंथ साहिब जी महाराज, धन धन श्री गुरु ग्रंथ साहिब जी महाराज। सतगुरु जी दे पवित्र पावन हाजरी दे विच सुभाए मान सतगुरु जी दी प्यारी साजी नवाजी संगत जी, आप जी बड़े ही प्यार दे नाल सतगुरां दे चरणां दे विच जुड़ के बैठे हुए हो, सब संगत प्यार नाल
ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰ ਨਾਲ ਸਾਰੇ ਕਹੋ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਮਹਾਨ ਕਥਾ ਆਪ ਦੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਗੁਰੂ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੁਭਾਈਮਾਨ ਹਨ, ਸਿੱਖ ਸੰਗਤਾਂ ਨੂੰ ਤਾਰ ਰਹੇ ਹਨ, ਖੁੱਲ੍ਹੇ ਦਰਸ਼ਨ ਦੀਦਾਰੇ ਮਹਾਰਾਜ ਬਖਸ਼ ਰਹੇ ਹਨ। ਸਵੇਰੇ ਸ਼ਾਮ ਕਥਾ ਕੀਰਤਨ ਹੁੰਦਾ ਹੈ। ਆਉਣ ਵਾਲੇ ਜਗਿਆਸੂ ਗੁਰੂ ਸਾਹਿਬ ਜੀ ਦੇ ਮਹਾਨ ਪਵਿੱਤਰ ਬਚਨ ਸੁਣਦੇ ਹਨ, ਆਤਮਕ ਲਾਭ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਕੱਲ੍ਹ ਆਪ ਜੀ ਨੇ ਵਾਹਿਗੁਰੂ ਪਰਸੋਂ ਦੇ ਦਿਹਾੜੇ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਜੀ ਬਾਬਾ ਰਾਮ ਰਾਏ ਜੀ, ਜੋ ਕਿ ਦਿੱਲੀ ਦੀ ਧਰਤੀ ਦੇ ਉੱਤੇ ਸਾਧ ਸੰਗਤ ਜੀ ਪਹੁੰਚੇ ਹੋਏ ਹਨ, ਨੌਰੰਗਾ ਕਰਾਮਾਤਾਂ ਦੇਖ ਰਿਹਾ ਹੈ। ਥੋੜ੍ਹੀ ਵਧਾਓ। ਨੌਰੰਗਾ ਕਰਾਮਾਤਾਂ ਦੇਖ ਰਿਹਾ ਹੈ। ਇੱਥੇ ਇੱਕ ਗੱਲ ਦਾ ਧਿਆਨ ਰੱਖਿਓ, ਅਸੀਂ ਜੁੜਨਾ ਕਰਾਮਾਤ ਦੇ ਨਾਲ ਨਹੀਂ ਹੈ, ਅਸੀਂ ਜੁੜਨਾ ਸਤਿਗੁਰੂ ਜੀ ਦੀ ਵਡਿਆਈ ਨਾਲ ਹੈ। ਜਿਹੜੀ ਗੱਲ ਨੌਰੰਗਾ ਕਹਿੰਦਾ ਹੈ ਉਹ ਪਰਖਣ ਵਾਸਤੇ ਕਹਿੰਦਾ ਹੈ, ਅਤੇ ਬਾਬਾ ਰਾਮ ਰਾਏ ਜੀ ਦੀ ਨਿੱਜੀ ਸ਼ਕਤੀ ਨਹੀਂ ਹੈ। ਇਹ ਬਾਬਾ ਰਾਮ ਰਾਏ ਜੀ ਨੂੰ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਨੇ ਸ਼ਕਤੀ ਬਖਸ਼ਿਸ਼ ਕੀਤੀ ਹੈ। ਬਖਸ਼ਿਸ਼ ਗੁਰੂ ਹਰਿ ਰਾਏ ਸਾਹਿਬ ਜੀ ਦੀ ਵਰਤ ਰਹੀ ਹੈ। ਆਪ ਜੀ ਨੇ ਸਰਵਣ ਕੀਤਾ। ਕਿਸ ਤਰੀਕੇ ਨਾਲ? ਇੱਕ ਖੂਹ ਦੇ ਉੱਤੇ ਵਿਛਾਈ ਕੀਤੀ ਗਈ ਤਾਂ ਕਿ ਜਦੋਂ ਬਾਬਾ ਰਾਮ ਰਾਏ ਜੀ ਆਉਣ ਉਹਦੇ ਉੱਤੇ ਪੈਰ ਰੱਖਣ, ਖੂਹ ਦੇ ਵਿੱਚ ਡਿੱਗ ਜਾਣ। ਜਦੋਂ ਬਾਬਾ ਰਾਮ ਰਾਏ ਜੀ ਦੀ ਸਭਾ ਵਿੱਚ ਪਹੁੰਚੇ, ਬਾਬਾ ਰਾਮ ਰਾਏ ਜੀ ਨੂੰ ਪਤਾ ਲੱਗ ਗਿਆ ਕਿ ਇਹ ਧੋਖਾ ਕਰ ਰਹੇ ਹਨ। ਤਿੰਨ ਕੁ ਘੰਟੇ ਬਾਬਾ ਜੀ ਸਾਧ ਸੰਗਤ ਜੀ ਉਸ ਖੂਹ ਦੇ ਉੱਤੇ ਬੈਠੇ ਰਹੇ। ਬਿਲਕੁਲ ਖੂਹ ਵਿੱਚ ਜਦੋਂ ਨਹੀਂ ਨਾ ਡਿੱਗੇ, ਅਡੋਲ ਬੈਠੇ ਰਹੇ। ਨੌਰੰਗੇ ਦੀ ਸ਼ਰਧਾ ਵੱਜ ਗਈ ਜੀ। ਨੌਰੰਗੇ ਨੇ ਸਤਿਕਾਰ ਕੀਤਾ। ਬਾਬਾ ਜੀ ਆਪਣੇ ਡੇਰੇ ਵੀ ਚਲੇ ਜਾਂਦੇ ਆ, ਮਜਨੂੰ ਟਿੱਲੇ ਚਲ ਜਾਂਦੇ ਹਨ। ਬਾਦਸ਼ਾਹ ਜਦੋਂ ਸੱਦਦਾ ਉਦੋਂ ਉਹਦੇ ਕੋਲ ਆ ਜਾਂਦੇ ਹਨ। ਦਿੱਲੀ ਵਿੱਚ ਰੌਲਾ ਪੈ ਗਿਆ ਕਿ ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ ਪਰਖਣਾ ਚਾਹੁੰਦਾ ਸੀ, ਆਪਣੇ ਕੋਲ ਸੱਦਿਆ, ਪਰ ਬਾਦਸ਼ਾਹ ਦੀ ਚਤੁਰਾਈ ਹਾਰ ਗਈ ਅਤੇ ਬਾਬਾ ਰਾਮ ਰਾਏ ਜੀ ਅਡੋਲ ਬੈਠੇ ਰਹੇ ਜੀ। ਦੂਜੀ ਕਰਾਮਾਤ ਤੁਸੀਂ ਇਹ ਸੁਣੀ ਕਿ ਇੱਕ ਹਾਜੀ ਹੱਜ ਕਰਕੇ ਆਇਆ, ਬਾਦਸ਼ਾਹ ਨੂੰ ਮਿਲਣ ਵਾਸਤੇ ਆਇਆ। ਉੱਥੋਂ ਦੇ ਮੱਕੇ ਦੇ ਫਲ ਲੈ ਕੇ ਆਇਆ, ਬਾਬਾ ਰਾਮ ਰਾਏ ਜੀ ਕੋਲ ਬੈਠੇ ਸਨ। ਬਾਦਸ਼ਾਹ ਨੇ ਕਿਹਾ ਵੀ ਇਹੋ ਜਿਹੇ ਫਲ ਤੁਸੀਂ ਮੰਗਾ ਸਕਦੇ ਹੋ, ਅਤੇ ਬਾਬਾ ਰਾਮ ਰਾਏ ਜੀ ਨੇ ਪਰਨੇ 'ਚੋਂ ਹੱਥ ਕੱਢਿਆ ਅਤੇ ਉਹ ਫਲ ਜਿਹੜੇ ਆ ਬਾਬਾ ਜੀ ਦੇ ਹੱਥ ਉੱਤੇ ਆ ਗਏ ਜੀ। ਉਹ ਹੈਰਾਨ ਹੋ ਗਿਆ। ਫਿਰ ਬੇਨਤੀ ਹੈ, ਗੁਰੂ ਘਰ ਸਾਰਿਆਂ ਦੀ ਆਸ ਪੂਰੀ ਕਰਦਾ ਹੈ ਜੀ। ਜੇ ਕੋਈ ਚੜ੍ਹ ਕੇ ਆਉਂਦਾ ਹੈ ਤਾਂ ਮਹਾਰਾਜ ਉਹਨਾਂ ਦੀ ਵੀ ਆਸ ਪੂਰੀ ਕਰ ਦਿੰਦੇ ਹੈ, ਉਹਨਾਂ ਨਾਲ ਲੋਹੇ ਨਾਲ ਲੋਹਿਆ ਕਰਦੇ ਹੈ। ਜੇ ਇੱਥੇ ਕੋਈ ਬੰਦਗੀ ਦੀਆਂ ਦਾਤਾਂ ਮੰਗਦਾ ਹੈ, ਗੁਰੂ ਜੀ ਉਹਨਾਂ ਨੂੰ ਬੰਦਗੀ ਦੀਆਂ ਦਾਤਾਂ ਵੀ ਬਖਸ਼ਿਸ਼ ਕਰਦੇ ਹਨ। ਜੇ ਕੋਈ ਸੰਸਾਰੀ ਸੁੱਖ ਮੰਗਦਾ, ਸੱਚੇ ਪਾਤਸ਼ਾਹ ਉਹਨਾਂ ਨੂੰ ਸੰਸਾਰ ਦੇ ਸੁੱਖ ਵੀ ਬਖਸ਼ਿਸ਼ ਕਰਦੇ ਹਨ। ਅਤੇ ਇਹਦੇ ਨਾਲ ਹੀ ਪਿਆਰਿਓ, ਜੇ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਆ ਕੇ ਕਰਾਮਾਤ ਦੀ ਵੀ ਮੰਗ ਕਰਦਾ ਅਤੇ ਗੁਰੂ ਜੀ ਉਹਨੂੰ ਕਰਾਮਾਤ ਵੀ ਵਿਖਾ ਦਿੰਦੇ ਹਨ, ਕੋਈ ਵੱਡੀ ਗੱਲ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜਿਹੜੇ ਰੇਤ ਦੇ ਤਿਣਕੇ ਹੈ ਨਾ, ਇਹ ਵੀ ਕਰਾਮਾਤ ਕਰਨ ਦੀ ਸਮਰੱਥਾ ਰੱਖਦੇ ਹਨ। ਬਸ ਇਹਦੇ ਲਈ ਇੰਨੀ ਕੁ ਗੱਲ ਹੈ, ਸ਼ਰਧਾ ਵੱਡੀ ਰੱਖਣੀ ਪੈਣੀ ਹੈ, ਸਤਿਗੁਰੂ ਜੀ ਦੇ ਉੱਤੇ ਭਾਵਨਾ ਵੱਡੀ ਰੱਖਣੀ ਪੈਣੀ ਹੈ। ਜਿਹਦੀ ਭਾਵਨਾ ਵੱਡੀ ਹੋਏਗੀ ਉਹਦੇ 'ਤੇ ਉਨੀ ਵੱਡੀ ਕਿਰਪਾ ਹੋਏਗੀ ਜੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬਹੁਤ ਪ੍ਰਸੰਨ ਸ਼ਾਹ ਮਨ ਭਇਓ। ਜਦੋਂ ਉਹ ਫਲ ਦਿੱਤੇ,
बादशाह बहुत खुश हो गया जी, हैरान हो गया, वेखण वाले हैरान हो गए। अत सन्मानत संसै शयो, उन्हें बहुत सन्मान किया बाबा राम राय जी का। कुछ समय वास्ते नौरंगे दे शंके जिहड़े ही वह भी नाश हो गए जी, कुछ समय वास्ते, क्यों वो पिछों बिरती माड़ी है तो शंका तो वह नाश नहीं हो सकता। पर कुछ समय वास्ते नौरंगे दे शंके जिहड़े है वो नाश हो गए। उठ श्री राम राय गे डेरे, वो फिर उठ्या, वाहिगुरु बाबा राम राय जी उठे, अपने डेरे चले गए। डेरा कित्थे लाया जी? मजनू टिटले। हाँ जी, अजमत देत ना लावत देरे। बस बाबा राम राय जी अजमत कला विखाउण लग्या, सत संग जी देर नहीं लाउंदे, आखो वाहेगुरु वाहेगुरु, तुरंत ही बाबा राम राय जी करामात दिखाउंदे हन। त्यों त्यों सुजस होए अधिकाई, ओ ज्यों ज्यों अज फिर बाबा राम राय जी ने इस तरह कीता त्यों त्यों जस होर वधी जाए। जह तह नर मिल करत बड़ाई, जिथे किथे नहीं लोग बाबा जी का जस करते हैं। हाँ जी, बाबा जी की वड्याई करते हैं। अत अचरज की बात करंता, सारे कहते जी बाबा राम राय जी एहो जे काम करते हैं, लोग हैरान हो जाते हैं। हाँ जी, जो ना होए तेह रचै तुरंता, जेड़ा काम हो ही नहीं सकता, एक तो हुंदा उहनूं करना, एक हुंदा तुरंत करना जी। वो कहिंदे जो होना नहीं है वो बाबा राम राय जी तुरंत ही कर देंदे है। हाँ जी, श्री सतगुर हर राय सुजाना, धन गुरु हर राय साहब जी महाराज बहुत सियाने हैं, लोग गल्लां करदे जी, आखो धन गुरु हर राय साहब जी। हाँ जी, सौंप्यो सुत है अतूट खजाना, कहण लगे सुजान गुरु हर राय साहब जी ने बाबा राम राय जी नूं कोई छोटा खजाना नहीं बख्शिश किया, अतुट ही खजाना बख्शिश किया है। हाँ जी, खर्चन मह सुखचित नह कैसी, ते बाबा राम राय जी भी फिर कला वरताउण लग्यां, वह खजाना खर्चन लग्यां सुखचदे नहीं हन, उस वेले ही करामात विखा देंदे हन। भूप उदार देत धन जैसी, आखो श्री वाहेगुरु वाहेगुरु, जिवें बादशाह जिहदे कोल माया है ते दिल भी खुला होवे, वो लोकां नूं खुला वंडदा है ना, बस इउं ही बाबा राम राय जी ने फिर करामातां विखाईआं जी। उंज जिहड़ी गल प्रचलित है ना वो ये है कि 72 करामातां बाबा राम राय जी ने विखाईआं जी। 72 वरी नौरंगे ने परखिया चैक किया, 72 वरी बाबा राम राय जी ने करामात विखाई जी। हाँ जी, होए कठिन ते कठिन बिलंद, औखे तो औखा काम करन लई गया जी। हाँ जी, तुरत देत कर श्री गुरु नंद, ते बाबा जी तुरंत ही वह काम कर देंदे। हुण वेखो ना जी किथे मक्का जी, ते मक्के दी धरती तो फल लियाउण लई कहा जी, ते तुरंत ही इंज ही हथ किया ते फल प्रगट हो गया जी। हाँ जी, द्वैशी मुल्ला गन उलमाऊ, हुण बाबा जी की सिफत बहुत हो रही है, ते जिन्हां ने चाल खेडी सी ना जी उन्हां ते पुट्ठी पैण लग पई जी। मुल्ला उलमाऊ जिहड़े उमराऊ सन, इन्हां ने ही बादशाह नूं कहा सी भी गुरु हर राय साहब नूं सदो। हुण वह वेखन दे है भी बाद गुरु हर राय साहब का पुत्र बादशाह दे नेड़े बहुत हो रहा है, उन्हां दी ईरखा वध गई जी। हाँ जी, काजी दुख है बिलोक प्रभाऊ, जदों दिल्ली दे विच खूब सत्कार होया ना बाबा राम राय जी का, काजी लोग सत संगत जी वो दुखी होण लग पए। हाँ जी, मिल मसलत कीनस दुख पाए, वो फिर मिल के सलाह करते हैं जी, सारे काजी इकट्ठे हुए नौरंगे तो चोरी सलाह की जी उन्होंने।
ਇਸ ਨੇ ਤਾਂ ਸਭ ਤੁਰਕ ਹਰਾਏ। ਕਹਿਣ ਲੱਗੇ ਵੀ ਹੈਰਾਨ ਹੋ ਗਏ ਆ ਸਾਰੇ ਕਾਜੀ ਮੁੱਲਾਂ ਇਕੱਠੇ ਹੋਏ। ਉਹ ਕਹਿੰਦੇ ਵੀ ਇਹ ਬਾਬੇ ਰਾਮ ਰਾਏ ਦੇ ਜਦੋਂ ਦਿੱਲੀ 'ਚ ਆਏ ਹੈ ਇਹਨਾਂ ਨੇ ਤਾਂ ਤੁਰਕ ਹੀ ਸਾਰੇ ਹਰਾ ਦਿੱਤੇ ਆ, ਸਾਡੀ ਚੱਲਦੀ ਕੋਈ ਨਹੀਂ। ਹਾਂਜੀ ਪਾਤਸ਼ਾਹੋ ਕੋ ਰੁੱਖ ਤਹਿ ਸੰਗ। ਫਿਰ ਪਾਤਸ਼ਾਹ ਭਾਵ ਬਾਦਸ਼ਾਹ ਦਾ ਰੁੱਖ ਉਹਨਾਂ ਵੱਲ ਹੋ ਗਿਆ। ਹਾਂਜੀ ਪਠਹਿ ਦਰਬ ਕੋ ਲਹਿ ਉਤੰਗ। ਬਾਦਸ਼ਾਹ ਬੜੀ ਬੜੀ ਮਾਇਆ ਭੇਜਦਾ, ਬੜੇ ਬੜੇ ਪਦਾਰਥ ਭੇਜਦਾ ਉਹਨਾਂ ਵਾਸਤੇ। ਅਪਰ ਵਸਤ ਨਿਤ ਅਧਿਕ ਪਠਾਵੈ। ਹੋਰ ਵੀ ਹਰ ਰੋਜ਼ ਹੀ ਵਸਤੂਆਂ ਭੇਜਦਾ। ਹੁਣ ਵਿਚਲਾ ਸਾੜਾ ਤੇ ਹੋ ਗਿਆ ਜੀ, ਆਖੋ ਵਾਹਿਗੁਰੂ ਵਾਹਿਗੁਰੂ। ਵੀ ਬਾਬੇ ਰਾਮ ਰਾਏ ਦਾ ਸਤਿਕਾਰ ਜਦੋਂ ਬਾਦਸ਼ਾਹ ਹੀ ਕਰਨ ਲੱਗ ਪਿਆ ਨਾ ਜੀ, ਕਿਉਂ ਹੁਣ ਜਿਹੜੀ ਕਲਾ ਵਿਖਾ ਰਹੇ ਆ ਬਾਬਾ ਰਾਮ ਰਾਏ ਜੀ, ਝੁਕਣਾ ਤੇ ਪਏਗਾ ਹੀ ਜੀ। ਪਰ ਕਾਜੀ ਲੋਕ ਈਰਖਾ ਵਾਲੇ ਆ, ਉਹੀ ਈਰਖਾ ਕਰਨ ਲੱਗ ਪਏ ਜੀ। ਬੋਲਹਿ ਹਿਤ ਕਰ ਰੋਜ਼ ਬੁਲਾਵੈ। ਕਹਿਣ ਲੱਗੇ ਹੁਣ ਤੇ ਨਵੀਂ ਗੱਲ ਸੁਣੀ ਜੇ। ਦੂਜਾ ਕਹਿੰਦਾ ਦੱਸ ਕੀ ਗੱਲ ਸੁਣੀ। ਕਹਿੰਦੇ ਬਾਦਸ਼ਾਹ ਰੋਜ਼ ਹੀ ਬਾਬੇ ਰਾਮ ਰਾਏ ਨੂੰ ਸੱਦਦਾ ਜੇ ਕੋਲ, ਰੋਜ਼ ਹੀ ਸੱਦਦਾ। ਹਾਂਜੀ ਬਾਦ ਕਰਹੋ ਤੇ ਸਾਥ ਬਿਸਾਲਾ, ਦੇਹੋ ਪਰਾਜੈ ਮਿਲਕ ਇੱਕ ਜਾਲਾ। ਹੁਣ ਇਹਨਾਂ ਨੇ ਇੱਕ ਹੋਰ ਸਕੀਮ ਬਣਾਈ ਹੈ। ਜਿਹੜਾ ਬੰਦੇ ਦਾ ਦਿਮਾਗ ਹੈ ਨਾ, ਵਾਹਿਗੁਰੂ ਕਿਰਪਾ ਕਰੇ ਸਿੱਧੇ ਬੰਨੇ ਚੱਲੇ ਤੇ ਵਧੀਆ, ਤੇ ਜੇ ਪੁੱਠੇ ਬੰਨੇ ਤੁਰਨ ਲੱਗ ਪਵੇ ਤੇ ਉੱਧਰ ਵੀ ਬਹੁਤ ਤੁਰਦਾ ਹੈ ਜੀ। ਪਰ ਹਾਂ ਪੁੱਠੇ ਬੰਨੇ ਸਗੋਂ ਜ਼ਿਆਦਾ ਛੇਤੀ ਤੁਰਦਾ ਜੀ ਇਹ। ਕਹਿਣ ਲੱਗੇ ਵੀ ਕਰਾਮਾਤਾਂ 'ਚ ਤੇ ਬਾਬੇ ਰਾਮ ਰਾਏ ਨੂੰ ਆਪਾਂ ਹਰਾ ਨਹੀਂ ਸਕੇ, ਪਰ ਗੱਲਾਂ ਬਾਤਾਂ 'ਚ ਹਰਾ ਦਈਏ, ਗੱਲਬਾਤ 'ਚ ਹਰਾ ਦਈਏ, ਗੱਲਾਂ ਇਹੋ ਜਿਹੀਆਂ ਕਰੀਏ, ਸਵਾਲ ਜਵਾਬ ਇਹੋ ਜਿਹੇ ਕਰੀਏ। ਸਭਾ ਵਿਖੇ ਤੂਸ਼ਣ ਕਰਵਾਵੇ। ਇੱਕ ਵਾਰੀ ਸਭਾ ਵਿੱਚ ਚੁੱਪ ਕਰਾ ਦਈਏ ਬਾਬੇ ਰਾਮ ਰਾਏ ਨੂੰ। ਹਾਂਜੀ ਤਬ ਜਾਣੈ ਜਬ ਇਲਮ ਦਿਖਾਵੇ। ਜਦੋਂ ਕੋਈ ਵਿੱਦਿਆ ਦੀ ਗੱਲ ਸੁਣਾਉਣਗੇ, ਕੋਈ ਇਲਮ ਦੀ ਗੱਲ ਸੁਣਾਉਣਗੇ ਫੇਰ ਹੀ ਹੈ ਨਾ। ਪਰ ਇਹਨਾਂ ਨੂੰ ਤਾਂ ਇਲਮ ਆਉਂਦਾ ਨਹੀਂ, ਇਹਨਾਂ ਨੂੰ ਤਾਂ ਕਰਾਮਾਤਾਂ ਹੀ ਆਉਂਦੀਆਂ ਨੇ। ਹਾਂਜੀ ਸਭ ਜਗ ਕੋ ਹਮ ਜੀਤਨ ਵਾਰੇ, ਅਰਹਿ ਬਾਦ ਸੋ ਕਰ ਸੋ ਤਬ ਹਾਰੇ। ਅਸੀਂ ਸਾਰੇ ਜਗਤ ਨੂੰ ਜਿੱਤਣ ਵਾਲੇ ਹਾਂ, ਗੱਲਾਂ 'ਚ ਕੋਈ ਸਾਡੇ ਤੋਂ ਹਾਰ ਨਹੀਂ ਸਕਦਾ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਵੀ ਸੰਗਤ ਜੀ ਬੜਾ ਮਾੜਾ ਮਾਣ ਹੈਗਾ ਇੱਕ ਜੀ, ਜਿਹੜਾ ਇਹ ਆਉਣਾ ਵੀ ਗੱਲਾਂ 'ਚ ਸਾਡੇ ਤੋਂ ਕੋਈ ਹਾਰ ਨਹੀਂ ਸਕਦਾ। ਚੇਤਾ ਰੱਖਿਓ ਜਿਹਨੂੰ ਵਾਹਿਗੁਰੂ ਜਿਤਾਉਣ 'ਤੇ ਆ ਜੇ ਉਹਨੂੰ ਕੋਈ ਹਰਾ ਨਹੀਂ ਦੇ ਸਕਦਾ ਜੀ, ਅਤੇ ਜਿਹਨੂੰ ਰੱਬ ਹਰਾਉਣ 'ਤੇ ਆ ਗਿਆ ਨਾ ਜੀ, ਉਹਨੂੰ ਦੁਨੀਆਂ ਦੀ ਕੋਈ ਤਾਕਤ ਜਿਤਾ ਨਹੀਂ ਜੇ ਸਕਦੀ ਜੀ। ਹੁਣ ਉਹ ਗੱਲਾਂ ਕਰਦੇ ਆ, ਕਹਿੰਦੇ ਗੱਲਾਂ ਵਿੱਚ ਤਾਂ ਸਾਨੂੰ ਹਰਾ ਹੀ ਕੋਈ ਨਹੀਂ ਸਕਦਾ। ਦਾਨਿਸ਼ਵੰਦ ਅਹੈ ਹਮ ਏਤੇ। ਆਪਣੇ ਆਪ ਨੂੰ ਸਿਆਣਾ ਕਹਿਣਾ ਸਿਆਣਿਆਂ ਦਾ ਕੰਮ ਨਹੀਂ ਹੈਗਾ। ਉਹ ਕਹਿੰਦੇ ਜੀ ਅਸੀਂ ਤਾਂ ਇੰਨੇ ਜ਼ਿਆਦਾ ਦਾਨਿਸ਼ਵੰਦ ਹਾਂ, ਇੰਨੇ ਜ਼ਿਆਦਾ ਅਕਲਮੰਦ ਹਾਂ। ਸਕਲ ਜਗਤ ਮੈਂ ਹੋਹੈ ਨਾ ਤੇਤੇ। ਵੀ ਸਾਡੇ ਵਰਗੀ ਸਮਝ ਪੂਰੇ ਜਗਤ 'ਚ ਨਹੀਂ ਕਿਸੇ ਦੀ ਹੋਣੀ। ਵਾਹਿਗੁਰੂ ਇਹ ਸੋਮੇ ਤੋਂ ਸਾਰਿਆਂ ਨੂੰ ਹੀ ਬਚਾਵੇ ਜੀ। ਉਦੋਂ ਉਸ ਸਮੇਂ ਦੇ ਕਾਜੀ ਮੁੱਲਾਂ ਇਹ ਸੋਚਦੇ ਸੀ, ਅੱਜ ਸਾਰੇ ਹੀ ਸੋਚਦੇ ਹੈ। ਪਿੱਛੇ ਜੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਵਿੱਚ ਲੜੀ ਸਮਾਗਮਾਂ 'ਚ ਵਿਸ਼ਾ ਮਿਲਿਆ ਸੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਗੁਰੂ ਘਰ 'ਤੇ ਸਿਖਾਉਂਦਾ, ਗੁਰਬਾਣੀ ਇਹ ਸਿਖਾਉਂਦੀ ਹੈ ਬੰਦੇ ਨੂੰ, ਗੁਰੂ ਗ੍ਰੰਥ ਸਾਹਿਬ ਇਹ ਸਿਖਾਉਂਦੇ ਹੈ। ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਜਪਜੀ ਸਾਹਿਬ ਜੀ ਦੇ ਪਾਠ ਵਿੱਚ ਹੀ ਆਉਂਦਾ ਸਭ ਗੁਣ ਤੇਰੇ ਮੈਂ ਨਾਹੀ ਕੋਈ, ਮੇਰੇ 'ਚ ਗੁਣ ਹੀ ਕੋਈ ਨਹੀਂ। ਫਿਰ ਸ਼ਾਮ ਨੂੰ ਸੋਧਰ ਸਾਹਿਬ ਦਾ ਪਾਠ ਕਰਦੇ ਹਾਂ ਅਤੇ ਅਖੀਰ 'ਤੇ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਤਾਂ ਆਪਾਂ ਕਹਿੰਦੇ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ। ਉੱਥੇ ਕਿਹਾ ਜਾਂਦਾ ਵੀ ਮੈਂ ਨਿਰਗੁਣ ਹਾਰਾ ਹਾਂ, ਮੇਰੇ 'ਚ ਕੋਈ ਗੁਣ ਨਹੀਂ ਹੈ। ਹੁਣ ਇਹ ਈਰਖਾ ਦੀ ਜਿਹੜੀ ਬੋਲੀ ਹੈ ਨਾ ਉਹ ਹੋਰ ਹੁੰਦੀ, 'ਚ
ਬੰਦਗੀ ਵਾਲਿਆਂ ਦੀ ਬੋਲੀ ਹੋਰ ਹੁੰਦੀ ਹੈ। ਜਿਹੜਾ ਅੰਦਰੋਂ ਸਿਮਰਨ 'ਚ ਭਿੱਜਿਆ, ਜਿਹੜਾ ਨਾਮ ਨਾਲ ਜੁੜਿਆ, ਉਹਦੀ ਬੋਲੀ ਵਿੱਚ ਫਰਕ ਹੋਏਗਾ ਜੀ। ਇਹ ਈਰਖਾ ਵਾਲੇ ਆ, ਇਹ ਕਹਿੰਦੇ ਵੀ ਸਾਡੇ ਤੋਂ ਵੱਧ ਤਾਂ ਸਿਆਣਾ ਹੀ ਕੋਈ ਨਹੀਂ ਹੈਗਾ। ਸਕਲ ਜਗਤ ਮੈਂ ਹੋਏ ਨਾ ਤੇਤੇ, ਸਾਰੇ ਜਗਤ ਵਿੱਚ ਸਾਡੇ ਤੋਂ ਵੱਧ ਅਕਲਮੰਦ ਕੋਈ ਨਹੀਂ ਹੈਗਾ। ਹਮ ਹੋਵਤ ਹਿੰਦੂ ਅੜ ਰਹਿ, ਉਹ ਸਾਡੇ ਹੁੰਦਿਆਂ ਹਿੰਦੂ ਅੜ ਜਾਵੇ, ਉਹ ਹਿੰਦੂ ਹੀ ਆਖਦੇ ਜੀ ਬਾਬਾ ਰਾਮ ਰਾਏ ਜੀ ਨੂੰ। ਹਾਂਜੀ, ਇਲਮ ਪਠੇ ਕਹੋ ਬਹੁਤਿਕ ਅਹ, ਤੇ ਸਾਡੇ ਹੁੰਦਿਆਂ ਹਿੰਦੂ ਅੜ ਜੇ, ਸਾਡੇ ਪੜ੍ਹੇ ਲਿਖੇ ਨੂੰ ਤਾਂ ਲਾਹਨਤ ਹੈ ਨਾ, ਸਾਡੀ ਪੜ੍ਹਾਈ ਨੂੰ ਤਾਂ ਲਾਹਨਤ ਹੈ। ਇਸ ਤਰ੍ਹਾਂ ਮੀਟਿੰਗ ਕਰ ਰਹੇ ਆ, ਚੇਤਾ ਰੱਖਿਓ, ਬੰਦਾ ਚੁੱਪ ਰਵੇ ਨਾ। ਸਾਰ ਕਿਤਾਬ ਲਈ ਗ੍ਰੰਥ 'ਚ ਲਿਖਿਆ, ਮੂਡ ਸੋਭੈ ਮੌਨ ਕਰ। ਜਿਹੜਾ ਮੂਰਖ ਹੈ ਨਾ, ਉਹ ਚੁੱਪ ਰਵੇ ਅਤੇ ਫੱਬਦਾ ਜੇ, ਜਦੋਂ ਬੋਲੇਗਾ ਕੋਟੀ ਖਾਏਗਾ ਜੀ। ਕਿਉਂ? ਬੰਦਾ ਆਪਣੀ ਬੋਲੀ ਤੋਂ ਪਛਾਣਿਆ ਜਾਂਦਾ ਜੇ, ਇਹ ਕਿੰਨਾ ਕੁ ਗਹਿਰਾ ਗਿਆ ਹੈ। ਬੋਲੀ ਤੋਂ ਬੰਦਾ ਫੜਿਆ ਜਾਂਦਾ ਵੀ ਇਹ ਕਿੱਡਾ ਕੁ ਸਿਆਣਾ, ਇਹ ਮੂਰਖ ਹੈ ਜਾਂ ਦਾਨਸ਼ਮੰਦ ਹੈ। ਹੁਣ ਇਹਨਾਂ ਦੀ ਬੋਲੀ ਤੋਂ ਹੀ ਪਤਾ ਲੱਗ ਰਿਹਾ ਤੁਹਾਨੂੰ ਵੀ ਇਹ ਕਿੱਡੇ ਕੁ ਸਿਆਣੇ ਹੋਣਗੇ। ਹਾਂਜੀ, ਇਮ ਪਛਤਾਵਤ ਹੈ ਮਿਲ ਕਰਕੇ, ਇਸ ਤਰੀਕੇ ਨਾਲ ਪਛਤਾਉਂਦੇ ਹੈ ਇਕੱਠੇ ਹੋ ਕੇ ਵੀ ਬਾਬਾ ਰਾਮ ਰਾਏ ਜੀ ਦਾ ਪ੍ਰਤਾਪ ਕਿਉਂ ਵੱਧ ਰਿਹਾ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਬੰਦਾ ਪੁੱਛੇ ਵੀ ਬਾਦਸ਼ਾਹ ਤੇ ਜ਼ੋਰ ਕਿੰਨੇ ਪਾਇਆ ਸੀ, ਵੀ ਸੱਦੋ, ਤੁਸਾਂ ਹੀ ਜ਼ੋਰ ਪਾਇਆ ਸੀ। ਹਾਂਜੀ, ਮੂਰਖ ਚਾਹੇ ਜੀਤ ਬੋ ਅਰਕੈ, ਹੁਣ ਇਹ ਮੂਰਖ ਗੱਲਬਾਤ ਵਿੱਚ ਅੜ ਕੇ ਜਿੱਤਣਾ ਚਾਹੁੰਦੇ ਹਨ। ਮਿਲ ਹੈ ਵਿਚਾਰ ਹੈ ਤਰਕ ਅਨੇਕ, ਮਿਲ ਮਿਲ ਕੇ ਮੀਟਿੰਗਾਂ ਕਰਦੇ ਹੈ, ਤਰਕਾਂ ਦੀਆਂ ਗੱਲਾਂ ਕਰਦੇ ਹਨ। ਕਿਆ ਬਪੁਰੇ ਔਰ ਹੀਨ ਬਬੇਕ, ਇਹ ਵਿਚਾਰੇ ਕੀ ਕਰ ਸਕਦੇ ਜਿਨ੍ਹਾਂ ਦੇ ਅੰਦਰ ਰੱਬੀ ਗਿਆਨ ਨਹੀਂ ਹੈਗਾ। ਸਿਆਣੇ ਬਹੁਤ ਹੈ, ਸਿਆਣੇ ਹੋਣ ਵਿੱਚ ਤੇ ਬਬੇਕੀ ਹੋਣ ਵਿੱਚ ਫਰਕ ਹੈ ਜੀ। ਬਿਵੇਕ, ਬਿਵੇਕ ਬੁੱਧੀ ਨਹੀਂ ਹੈਗੀ ਇਹਨਾਂ ਕੋਲ। ਭਾਈ ਸਾਹਿਬ ਲਿਖਦੇ, ਕਿਆ ਬਪੁਰੇ ਔਰ ਹੀਨ ਬਿਵੇਕ, ਇਹ ਵਿਚਾਰੇ ਕੀ ਕਰਨ, ਇਹਨਾਂ ਦਾ ਹਿਰਦਾ ਗਿਆਨ ਤੋਂ ਬਿਵੇਕ ਤੋਂ ਸੱਖਣਾ ਹੈ ਜੀ। ਪਰ ਕਲਮਾਂ ਤਾਂ ਇਹਨਾਂ ਨੂੰ ਯਾਦ ਨੇ, ਇਹ ਤਾਂ ਸਗੋਂ ਸਿਆਣੇ ਆ, ਪਰ ਬਿਵੇਕੀ ਨਹੀਂ ਹੈਗੇ। ਬਿਵੇਕ ਕੌਣ ਹੁੰਦਾ? ਬਿਬ ਨਾਮ ਦੋ ਦਾ ਹੈ, ਇੱਕ ਭਾਸ਼ਾ ਹੈ ਸੰਸਕ੍ਰਿਤ ਦੀ, ਬਿਬ ਦੋ ਨੂੰ ਕਹਿੰਦੇ ਹੈ। ਇੱਕ ਦੋ ਤੋਂ ਇੱਕ ਹੋਣ ਦਾ ਜਿਹੜਾ ਗਿਆਨ ਹੈ ਉਹਨੂੰ ਸਾਧ ਸੰਗਤ ਜੀ ਬਿਵੇਕ ਕਹਿੰਦੇ ਹੈ। ਇਹ ਬੁੱਧੀ ਮਿਲਦੀ ਕਿੱਥੋਂ ਹੈ? ਇਹ ਕਿਤਾਬਾਂ ਪੜ੍ਹ ਕੇ ਨਹੀਂ ਤੇ ਮਿਲਦੀ। ਬਿਵੇਕ ਬੁੱਧ ਸਤਿਗੁਰ ਤੇ ਪਾਈ, ਇਹ ਸਤਿਗੁਰੂ ਤੋਂ ਮਿਲਦੀ ਹੈ ਜੀ। ਸੋ ਇਹ ਬਿਵੇਕ ਤੋਂ ਅਗਿਆਨੀ ਹਨ। ਸੁਣਹਿ ਗੁਰੂ ਨਾਨਕ ਕੀ ਬਾਣੀ, ਤਿਸਹਿ ਵਿਚਾਰੈ ਤਰਕ ਮਹਾਨੀ। ਇਹ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੁਣਦੇ ਹੈ ਨਾ, ਅਤੇ ਮਹਾਰਾਜ ਜੀ ਦੀਆਂ ਗੱਲਾਂ ਸੁਣ ਕੇ ਵੀ ਤਰਕਾਂ ਹੀ ਕਰਦੇ ਹੁੰਦੇ ਸੀਗੇ ਜੀ, ਬਾਣੀ ਸੁਣ ਕੇ ਵੀ ਤਰਕ ਕਰਦੇ ਹੁੰਦੇ ਸੀਗੇ, ਐਡੇ ਮੂਰਖ ਸਨ ਜੀ ਇਹ। ਹਮਰੇ ਮਤ ਵਿਰੋਧ ਇੱਕ ਥਾਨੇ, ਉਹ ਕਹਿੰਦੇ ਵੀ ਸਾਡੇ ਮਤ ਵਿੱਚ ਤੇ ਬਾਣੀ ਵਿੱਚ ਕੰਮ ਰਲਦਾ ਨਹੀਂ ਹੈ, ਇੱਕ ਥਾਂ ਉੱਤੇ ਵਿਰੋਧ ਹੈ। ਹਾਂਜੀ, ਲੱਖ ਪਤਾਲ ਆਕਾਸ਼ ਬਖਾਨੇ, ਕਿੱਥੇ? ਜਿੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਇਹ ਕਹਿੰਦੇ ਆ ਸੱਤ ਪਤਾਲ ਸੱਤ ਆਗਾਸ, ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਲੱਖਾਂ ਹੀ ਹਨ। ਹਾਂਜੀ, ਇਸਮੈਂ ਸ਼ਾਹੋ ਬੇ ਹੱਠ ਕਰ ਰਹਿ, ਕਹਿੰਦੇ ਅਸੀਂ ਸਭਾ 'ਚੋਂ ਪੰਗਤੀ ਬੋਲਾਂਗੇ, ਬਾਦਸ਼ਾਹ ਵੀ ਸਾਡੇ ਨਾਲ ਹੋਏਗਾ ਕਿਉਂਕਿ ਉਹ ਤੁਰਕ ਹੈ। ਹਾਂਜੀ, ਆਪਣ ਪੱਖ ਹਾਨੀ ਨਹਿ ਸਹਿ, ਅਤੇ ਆਪਣੇ ਪੱਖ ਦੀ ਹਾਨੀ ਥੋੜ੍ਹੀ ਕਰਾਏਗਾ ਬਾਬਾ ਬਾਦਸ਼ਾਹ। ਹਾਂਜੀ, ਯਾਂ ਤੇ ਅਬ ਕੈ ਜਬ ਚੱਲ ਆਵੇ, ਇਸ ਕਰਕੇ
ਹੁਣ ਜਦੋਂ ਵੀ ਸਭਾ ਲੱਗੇਗੀ ਬੈਠੇ ਸ਼ਾਹੋ ਨਿਕਟ ਹਰ ਖਾਵੇ ਆਪਸ ਜਦੋਂ ਬਾਦਸ਼ਾਹ ਖੁਸ਼ੀ ਦੇ ਨਾਲ ਬੈਠੇਗਾ ਇਸ ਪਰ ਕਰੋ ਦਲੀਲ ਬੇਲੰਦ ਆਪਾਂ ਇਹਦੇ ਤੇ ਦਲੀਲ ਬਾਜੀ ਕਰਾਂਗੇ ਵੱਡੀਆਂ ਵੱਡੀਆਂ ਦਲੀਲਾਂ ਦੇਵਾਂਗੇ ਗੱਲਾਂ ਕਰਾਂਗੇ ਸਭ ਸੁਚੇਤ ਹੈ ਏਕ ਮਨਿੰਦ ਸਾਰੇ ਸੁਚੇਤ ਹੋ ਜਾਣਗੇ ਵੀ ਇੱਕ ਬੰਨੇ ਗੁਰੂ ਨਾਨਕ ਦੀ ਬਾਣੀ ਹੈ ਇੱਕ ਬੰਨੇ ਇਸਲਾਮ ਦਾ ਫਲਸਫਾ ਹੈ ਹਾਂਜੀ ਜਿਸ ਮਤ ਮੰਡ ਹੈ ਸੋ ਸਭ ਖੰਡੋ ਉਹਨਾਂ ਸਾਰਿਆਂ ਸਲਾਹ ਕੀਤੀ ਵੀ ਬਾਬਾ ਰਾਮ ਰਾਏ ਜਿਸ ਗੱਲ ਨੂੰ ਮਨਾਉਣਗੇ ਨਾ ਆਪਾਂ ਰੱਦ ਕਰਨੀ ਹੈ ਗੱਲ ਕਈਆਂ ਦਾ ਸੁਭਾਅ ਹੁੰਦਾ ਵੀ ਗੱਲ ਕੱਟਣੀ ਹੈ ਉਹ ਕਹਿੰਦੇ ਗੱਲ ਦਾ ਖੰਡਨ ਕਰ ਦੇਣਾ ਉਹ ਗੱਲ ਕੱਟ ਦੇਵਾਂਗੇ ਜੋ ਖੰਡ ਹੈ ਤਿਹਨੀ ਕੇ ਮੰਡੋ ਤੇ ਜਿਸ ਗੱਲ ਦਾ ਉਹ ਖੰਡਨ ਕਰਨਗੇ ਉਹਦੇ 'ਤੇ ਆਪਾਂ ਜ਼ੋਰ ਦੇਣਾ ਵੀ ਇਹ ਠੀਕ ਹੈਗੀ ਹੈ ਕਰਤੀ ਨਾ ਉਲਟ ਗੱਲ ਜੀ ਆਖੋ ਵਾਹਿਗੁਰੂ ਵਾਹਿਗੁਰੂ ਇਹਨੂੰ ਕਹਿੰਦੇ ਸ਼ਰਾਰਤੀ ਸੁਭਾਅ ਹੋਣਾ ਜੀ ਗਿਆਨੀ ਪੁਰਸ਼ ਵਿਚਾਰ ਕਰਨਗੇ ਗਿਆਨੀ ਪੁਰਖ ਬਹਿਸ ਨਹੀਂ ਕਰਨਗੇ ਜੀ ਹਾਂਜੀ ਇਮ ਮਸਲਤ ਮੂਡਨ ਮਿਲ ਕਰੀ ਇਸ ਤਰੀਕੇ ਨਾਲ ਉਹਨਾਂ ਮੂਰਖਾਂ ਨੇ ਮੀਟਿੰਗ ਕੀਤੀ ਪਰ ਹਿੱਤ ਤੇ ਜਿਨ ਸਭ ਮਤ ਜਰਬਰੀ ਹੁਣ ਪਰਾਏ ਹਿੱਤ ਤੋਂ ਜਿਨ੍ਹਾਂ ਦੀ ਮਤ ਸਾੜੀ ਗਈ ਸੀ ਕਿਸੇ ਦਾ ਭਲਾ ਚਾਹੁੰਦੇ ਹੀ ਨਹੀਂ ਜੀ ਇਹ ਸਾਰੇ ਸਭਾ ਜਾਮਨੀ ਮੈਂ ਕਬ ਹੋਏ ਕਬ ਦਿਨ ਵਿਖੇ ਬੁਲਾ ਵਹਿ ਸੋਏ ਹੁਣ ਕਦੀ ਕਦੀ ਬਾਦਸ਼ਾਹ ਰਾਤ ਨੂੰ ਵੀ ਸਭਾ ਲਾ ਲੈਂਦਾ ਤੇ ਕਦੀ ਕਦੀ ਬਾਦਸ਼ਾਹ ਦਿਨੇ ਸਭਾ ਲਾਉਂਦਾ ਜੀ ਹਾਂਜੀ ਇੱਕ ਵਾਰ ਨਿਸਮੈ ਹੋਏ ਆਈ ਹੁਣ ਇੱਕ ਦਿਨ ਬਾਦਸ਼ਾਹ ਨੇ ਰਾਤ ਨੂੰ ਸਭਾ ਸੱਦ ਲਈ ਜੀ ਆਖੋ ਵਾਹਿਗੁਰੂ ਵਾਹਿਗੁਰੂ ਬਾਦਸ਼ਾਹ ਲੋਕਾਂ ਦਾ ਕੀ ਜਦੋਂ ਵਿਹਲੇ ਹੋ ਗਏ ਉਦੋਂ ਕਹਿਣਾ ਵੀ ਆ ਜਾਓ ਸਾਰੇ ਹਾਂਜੀ ਕਾਜ਼ੀ ਮੁੱਲਾਂ ਗਨ ਚੱਲ ਆਏ ਬੜੇ ਬੜੇ ਕਾਜ਼ੀ ਬੜੇ ਬੜੇ ਮੁੱਲਾਂ ਸਾਰੇ ਉਸ ਸਭਾ ਵਿੱਚ ਆ ਗਏ ਬੰਦਾ ਹੈ ਸ਼ਾਹ ਮਿਲਤ ਹਰ ਖਾਏ ਬੜੀਆਂ ਨਮਸਕਾਰਾਂ ਕੀਤੀਆਂ ਸਲਾਮਾਂ ਕੀਤੀਆਂ ਬਾਦਸ਼ਾਹ ਨੂੰ ਹਾਂਜੀ ਤਿਸ ਸ਼ਿਨ ਪਠਿਓ ਹਕਾਰਨ ਸ਼ਾਹੂ ਲਿਆਵਹੋ ਗੁਰਸੁਤ ਕੋ ਮਮ ਪਾਹੂ ਆਖੋ ਵਾਹਿਗੁਰੂ ਗੱਜ ਕੇ ਵਾਹਿਗੁਰੂ ਬਾਦਸ਼ਾਹ ਨੇ ਵੇਖਿਆ ਵੀ ਸਾਰੇ ਆ ਗਏ ਆ ਬਾਦਸ਼ਾਹ ਕਹਿੰਦਾ ਬਾਬਾ ਰਾਮ ਰਾਏ ਜੀ ਨੂੰ ਵੀ ਸੱਦੋ ਉਹਨਾਂ ਨੂੰ ਵੀ ਲਿਆਓ ਉਹ ਵੀ ਸਭਾ ਵਿੱਚ ਆਉਣਾ ਜਾਏ ਨਮੋ ਤਿਸ ਨਰ ਨੇ ਕਰੀ ਉਹ ਬੰਦਾ ਗਿਆ ਜੀ ਭੱਜਾ ਮਜਨੂੰ ਟਿੱਲੇ ਉਹਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਹੱਥ ਜੋੜ ਪੁਨ ਬਿਨੈ ਉਚਰੀ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਬਾਬਾ ਰਾਮ ਰਾਏ ਜੀ ਨੂੰ ਸ਼ਾਹ ਆਪ ਕੋ ਸਿਮਰਨ ਕਰਿਓ ਬਾਬਾ ਜੀ ਬਾਦਸ਼ਾਹ ਤੁਹਾਨੂੰ ਯਾਦ ਕਰ ਰਿਹਾ ਹੈ ਬੜ ਦੀਵਾਨ ਉਮਰਾਵਨ ਭਰਿਓ ਬੜਾ ਵੱਡਾ ਦੀਵਾਨ ਲੱਗਾ ਤੇ ਬੜੇ ਵਜ਼ੀਰ ਬੈਠੇ ਆ ਬਾਦਸ਼ਾਹ ਦੇ ਸੁਣ ਸ਼੍ਰੀ ਰਾਮ ਰਾਏ ਕਰ ਤਿਆਰੀ ਬਾਬਾ ਰਾਮ ਰਾਏ ਜੀ ਨੇ ਵੀ ਤਿਆਰੀ ਕੀਤੀ ਜੀ ਛੇਤੀ ਤਿਆਰੀ ਕੀਤੀ ਜੀ ਚੜ੍ਹਿਓ ਸ਼ੀਘ੍ਰ ਸ਼ਿਵ ਕਾ ਅਸਵਾਰੀ ਪਾਲਕੀ ਵਿੱਚ ਬੈਠ ਕੇ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਸਭਾ ਵੱਲ ਨੂੰ ਤੁਰ ਪਏ ਚਮਰ ਚਾਰ ਢੋਰਤ ਸੰਗ ਆਵੇ ਚੌਰ ਹੋ ਰਿਹਾ ਸੀਗਾ ਜੀ ਬਾਬਾ ਰਾਮ ਰਾਏ ਜੀ ਦੇ ਉੱਤੇ ਮਿਲ ਹੈ ਪੰਥ ਕੋ ਸੀਸ ਨਿਵਾਵੇ ਤੇ ਸਾਰੇ ਉਹਨਾਂ ਨੂੰ ਨਮਸਕਾਰ ਕਰ ਰਹੇ ਚੇਤਾ ਰੱਖਿਓ ਇਹ ਚੌਰ ਤਖਤ ਆਪਾਂ ਕਹਿੰਦੇ ਕਿਸੇ ਹੋਰ ਦੇ ਨਾਲ ਨਹੀਂ ਲੱਗਣਾ ਚਾਹੀਦਾ ਚੌਰ ਕੋਈ ਹੋਰ ਨਹੀਂ ਕਰਾ ਸਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਉੱਤੇ ਹੁੰਦਾ ਹੈ ਇਹ ਸਾਡੀ ਸੰਕੀਰਣਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਤਖਤ ਕਰਕੇ ਜਾਂ ਚੌਰ ਕਰਕੇ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਤਾਂ ਉੱਦਾਂ ਵੀ ਬੜੇ ਵੱਡੇ ਹੈਗੇ ਆ ਜੀ ਚੌਰ 'ਤੇ ਨਰੰਗੇ ਉੱਤੇ ਵੀ ਹੁੰਦਾ ਸੀਗਾ ਜੀ ਤਖਤ 'ਤੇ ਤਾਂ ਉਹ ਵੀ ਬਹਿੰਦਾ ਸੀਗਾ ਜੀ ਹਾਂਜੀ ਇਹ ਤਾਂ ਬਾਦਸ਼ਾਹਾਂ ਉੱਤੇ ਵੀ ਹੁੰਦੇ ਆ ਜੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਵੱਡੇ ਗੁਰੂ ਸਾਹਿਬ ਦੀ ਵਡਿਆਈ ਨਿਹਰੇ ਚੌਰ ਕਰਕੇ ਨਹੀਂ ਹੈਗੀ ਜੀ ਸੁਣਿਆ ਨਹੀਂ ਤੁਸੀਂ ਧੀਰ ਮੱਲ ਨੇ ਵੀ ਚੌਰ ਕਰਾਇਆ ਸੀਗਾ ਮਹਾਰਾਜ ਤਾਂ ਬਹੁਤ ਵੱਡੇ ਨੇ ਹਾਂ ਸਤਿਗੁਰੂ ਜੀ 'ਤੇ ਚੌਰ ਸਾਹਿਬ ਕਰਕੇ ਸਿੱਖ ਨੇ ਆਪਣਾ ਭਲਾ ਕਰਾਉਣਾ ਹੈ ਜੀ
ਸੋ ਬਾਬਾ ਰਾਮ ਰਾਏ ਜੀ ਨੂੰ ਵੀ ਚੌਰ ਹੋ ਰਿਹਾ ਜੀ। ਮਿਲਹਿ ਪੰਥ ਕੋ ਸੀਸ ਨਿਵਾਵੈ, ਇਹ ਵੀ ਗੱਲ ਚੇਤਾ ਰੱਖਿਓ, ਹਰ ਇੱਕ ਦੇ ਸੀਸ ਉੱਤੇ ਚੌਰ ਹੋ ਰਿਹਾ ਹੋਵੇ ਤਾਂ ਉਹਦੇ ਚੌਰ ਨੂੰ ਚੌਰ ਸਾਹਿਬ ਨਹੀਂ ਕਹਿਣਾ, ਚੌਰ ਸਾਹਿਬ ਉਹ ਹੀ ਆ ਜਿਹੜਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੋ ਰਿਹਾ ਜੀ। ਲੋਕੀ ਬਾਬਾ ਰਾਮ ਰਾਏ ਜੀ ਨੂੰ ਦੇਖਦੇ ਆ, ਨਮਸਕਾਰਾਂ ਕਰਦੇ ਹਨ। ਚੋਬਦਾਰ ਅਰ ਸੰਘ ਟਲੈਤ, ਬੜੇ ਬੜੇ ਚੋਬਦਾਰ ਨਾਲ ਹਨ। ਗਨ ਤੁਰਕਨ ਕੀ ਕਰਤਾ ਜੈਤ, ਹਾਂਜੀ, ਆਏ ਦੁਰਗ ਕੇ ਬਿਖੈ ਪ੍ਰਵੇਸ਼ਾ, ਸਭਾ ਸ਼ਾਹ ਕੀ ਜਹਾਂ ਵਿਸ਼ੇਸ਼ਾ। ਜਿੱਥੇ ਵਿਸ਼ੇਸ਼ ਸਭਾ ਲੱਗੀ ਸੀਗੀ ਬਾਦਸ਼ਾਹ ਦੀ, ਉੱਥੇ ਬਾਬਾ ਰਾਮ ਰਾਏ ਜੀ ਪਹੁੰਚ ਗਏ। ਸੁੰਦਰ ਚੌਂਕੀ ਰੱਖੀ ਡਸਾਏ, ਸਪੈਸ਼ਲ ਆਸਣ ਲੱਗਦਾ ਸੀਗਾ ਜੀ, ਇੱਕ ਸੋਹਣੀ ਚੌਂਕੀ ਡਾਈ ਹੋਈ ਸੀ। ਉੱਜਲ ਸੁਜਨੀ ਤੇ ਸਭ ਛਾਏ, ਜਿਹਦੇ ਉੱਤੇ ਸੋਹਣੀ ਵਿਛਾਈ ਵਿਛਾਈ ਸੀਗੀ ਜੀ। ਜਾਏ ਸਭਾ ਚੌਂਕੀ ਪਰ ਬੈਸੇ, ਤੇ ਬਾਬਾ ਜੀ ਉਸ ਸਭਾ ਵਿੱਚ ਪ੍ਰਵੇਸ਼ ਹੋਏ। ਇਹ ਨਹੀਂ ਵੀ ਨਰੰਗੇ ਨੂੰ ਜਾ ਜਾ ਸਲਾਮ ਕੀਤੀ, ਨਹੀਂ, ਉਸ ਚੌਂਕੀ ਉੱਤੇ ਬੈਠ ਗਏ। ਤਾਰਾ ਗਨ ਮਹਿ ਹੋਏ ਸਸ ਜੈਸੀ, ਜਿਵੇਂ ਤਾਰਿਆਂ ਵਿੱਚ ਚੰਦ ਫੱਬਦਾ ਹੈ, ਇਸ ਤਰ੍ਹਾਂ ਬਾਬਾ ਜੀ ਵਿੱਚ ਬੈਠੇ ਸੋਹਣੇ ਲੱਗਦੇ ਹੈ। ਦੁਖਕ ਦੇਖਤ ਹੈ ਅਕੁਲਾਏ, ਸ਼ਾਹ ਕਰਤ ਸਨਮਾਨ ਬਿਠਾਏ। ਬਾਦਸ਼ਾਹ ਨੇ ਵੀ ਬੜਾ ਸਤਿਕਾਰ ਕੀਤਾ, ਈਰਖਾਲੂ ਵੇਖਦੇ ਸੀ ਵੀ ਬਾਦਸ਼ਾਹ ਬਾਬੇ ਰਾਮ ਰਾਏ ਜੀ ਦਾ ਸਤਿਕਾਰ ਕਿਉਂ ਕਰਦਾ ਹੈ। ਹਾਂਜੀ, ਦੋਹਰਾ ਟਿਕ ਬੈਠੇ ਜਬ ਸਭਾ ਮੈਂ, ਸ਼੍ਰੀ ਹਰ ਰਾਏ ਤਨੂਜ। ਜਦੋਂ ਪੂਰੀ ਸਭਾ ਦੇ ਵਿੱਚ ਧੰਨ ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਸਪੁੱਤਰ ਬਾਬਾ ਜੀ ਬਾਬਾ ਰਾਮ ਰਾਏ ਜੀ ਬੈਠ ਗਏ। ਇਲਮ ਹੰਕਾਰੀ ਪਰਸਪਰ ਕਰਤੇ ਭਏ ਰਮੂਜ, ਉਹ ਵਿਦਿਆ ਦੇ ਹੰਕਾਰੀ ਜਿਹੜੇ ਸੀ ਨਾ, ਉਹ ਇੱਕ ਦੂਜੇ ਨੂੰ ਇਸ਼ਾਰੇ ਕਰਨ ਲੱਗ ਪਏ। ਹਾਂਜੀ, ਪੈ ਕੰਪਰ ਅਰ ਔਲੀਏ, ਗਾਂਸ ਕੁਤਪ ਗਨ ਪੀਰ। ਪੈ ਕੰਪਰ ਔਲੀਏ, ਗਾਂਸ ਕੁਤਬ ਤੇ ਪੀਰ, ਇਹ ਸਾਰੇ ਉੱਥੇ ਬੈਠੇ ਹੋਏ ਨੇ ਜੀ। ਹਾਂਜੀ, ਪ੍ਰਥਮ ਪ੍ਰਸੰਗ ਪਰਬਿਤ ਕਰ ਦਾਨਸ਼ਵੰਦ ਸਧੀਰ। ਸੋ ਪਹਿਲਾਂ ਵੀ ਗੱਲਾਂ ਬਾਤਾਂ ਚੱਲ ਰਹੀਆਂ ਸੀ ਉੱਥੇ ਜੀ, ਸਿਆਣੇ ਲੋਕ ਉੱਥੇ ਬਚਨ ਬਿਲਾਸ ਕਰ ਰਹੇ ਸੀਗੇ। ਚੌਪਈ ਬਚਨ ਰੁਚਿਰ ਰਚ ਕੇ ਚਤੁਰਤਾ, ਉਹ ਫਿਰ ਜਿਹੜੇ ਈਰਖਾਲੂ ਸੀ ਨਾ ਜੀ, ਉਹ ਬੜੀਆਂ ਮਿੱਠੀਆਂ ਮਿੱਠੀਆਂ ਚਲਾਕੀ ਵਾਲੀਆਂ ਗੱਲਾਂ ਕਰ ਰਹੇ ਹਨ। ਅਕਲ ਅਕਲ ਕਲਾ ਅਕਲ ਤੇ ਕਰ ਮਧੁਰਤਾ, ਬਾਦਸ਼ਾਹ ਨੂੰ ਸੁਣਾਉਣ ਵਾਸਤੇ ਖੁਸ਼ ਕਰਨ ਲਈ ਬੜੇ ਮਿੱਠੇ ਮਿੱਠੇ ਬੋਲ ਬੋਲਦੇ ਆ। ਚਤੁਰਨ ਕੇਤਿਕ ਕਰੇ ਪ੍ਰਸੰਗੂ, ਪੈਗੰਬਰ ਕਰ ਸੁਤਤ ਉਮੰਗੂ, ਤੇ ਪਹਿਲੇ ਹੋਏ ਪੈਗੰਬਰ ਆਖੋ ਵਾਹਿਗੁਰੂ ਵਾਹਿਗੁਰੂ, ਪੈਗੰਬਰਾਂ ਦੀਆਂ ਸਿਫਤਾਂ ਕਰਨ ਲੱਗ ਪਏ। ਹਜ਼ਰਤ ਈਸਾ ਹੋਏ ਹੈ, ਹਜ਼ਰਤ ਮੂਸਾ ਹੋਏ ਹੈ, ਮੁਹੰਮਦ ਸਾਹਿਬ ਹੋਏ ਹੈ, ਉਹਨਾਂ ਦੀਆਂ ਤਾਰੀਫਾਂ ਸ਼ੁਰੂ ਕੀਤੀਆਂ। ਪੁਨਹ ਸਰਾਹਨ ਲੱਗ ਤਿੰਨ ਬਾਣੀ, ਫਿਰ ਉਹਨਾਂ ਦੀ ਬਾਣੀ ਦੀ ਵੀ ਸਿਫਤ ਕਰਨ ਲੱਗੇ ਜੀ। ਚੇਤਾ ਰੱਖਿਓ, ਹਿੰਦੂ ਧਰਮ ਵਾਲਿਆਂ ਕੋਲ ਵੀ ਰੱਬ ਦੇ ਬੋਲ ਨੇ, ਪਰ ਮਿਲਾਵਟ ਜ਼ਿਆਦੀ ਹੋ ਗਈ ਹੈ। ਵੇਦ ਨੇ, ਗੀਤਾ ਹੈ, ਮੁਸਲਮਾਨਾਂ ਕੋਲ ਕੁਰਾਨ ਸ਼ਰੀਫ ਹੈ ਜੀ, ਉਹਦੇ ਵਿੱਚ ਆਇਤਾਂ ਨੇ, ਉਹ ਆਇਤਾਂ ਪੈਗੰਬਰਾਂ ਦੀਆਂ ਲਿਖੀਆਂ ਹੋਈਆਂ ਨੇ, ਉਹਨਾਂ ਆਇਤਾਂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕੀਤੀਆਂ ਜੀ। ਜਿਸ ਵਿਧ ਉੱਚਾ ਵਚਨ ਬਖਾਨੀ, ਜਿਸ ਤਰੀਕੇ ਨਾਲ ਉੱਚੇ ਵਚਨ ਲਿਖੇ ਹੈ ਕੁਰਾਨ ਸ਼ਰੀਫ ਦੇ ਵਿੱਚ, ਹੋਰ ਗ੍ਰੰਥਾਂ ਵਿੱਚ, ਉਹ ਉਹਨਾਂ ਨੇ ਸ਼ੁਰੂ ਕਰ ਦਿੱਤੇ ਜੀ। ਪੁੰਨ ਸ਼੍ਰੀ ਨਾਨਕ ਨਾਮ ਬਖਾਨਾ, ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਰਾਮ ਰਾਏ ਜੀ ਵੀ ਸੁਣਦੇ ਰਹੇ, ਫਿਰ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਛੇੜ ਲਿਆ ਜੀ। ਸ਼ੇਰ ਪ੍ਰਸੰਗ ਤਿੰਨਹੋਂ ਕੇ ਨਾਨਾ, ਮਹਾਰਾਜ ਜੀ ਦਾ ਨਾਮ ਲਿਆ ਤੇ ਮਹਾਰਾਜ ਦੇ ਪ੍ਰਸੰਗ ਛੇੜ ਲਏ।
ਵੀ ਗੁਰੂ ਨਾਨਕ ਸਾਹਿਬ ਇੱਥੇ ਗਏ ਇੱਥੇ ਗਏ। ਹਾਂਜੀ ਬਾਹਰ ਸੋ ਬਾਣੀ ਕੇਰ ਬਿਰਤੰਤਾ, ਫਿਰ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਉੱਤੇ ਆਏ ਜੀ। ਜਿਸ ਮੈਂ ਪ੍ਰਭ ਕੋ ਕਹਿਓ ਬੇਅੰਤਾ, ਵਾਹਿਗੁਰੂ ਦੀ ਬੇਅੰਤ ਸਿਫਤ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕੀਤੀ ਹੈ। ਲੱਖ ਪਤਾਲ ਲੱਖ ਆਕਾਸ਼, ਹਾਂਜੀ ਇੱਕ ਬਾਣੀ ਮੈਂ ਕਹਿਓ ਪ੍ਰਕਾਸ਼, ਤੇ ਕਰਦਿਆਂ ਕਰਦਿਆਂ ਕਹਿਣ ਲੱਗੇ ਜੀ ਆ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਗੱਲ ਆਖੀ ਉਹ ਸਾਡੇ ਨਾਲ ਮੇਲ ਨਹੀਂ ਖਾਂਦੀ। ਸਾਰੇ ਕਹਿੰਦੇ ਕੀ ਕਹਿੰਦੇ ਜੀ, ਉਹ ਕਹਿੰਦੇ ਆ ਲੱਖ ਪਾਤਾਲ ਲੱਖ ਆਕਾਸ਼, ਭਾਵ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸਾਂ ਆਗਾਸ। ਹਾਂਜੀ ਇਸ ਕੋ ਸੁਣ ਸੰਸੈ ਮੁਝ ਹੋਵਾ। ਉਹ ਇੱਕ ਕਾਜੀ ਕਹਿਣ ਲੱਗਾ ਵੀ ਜਦੋਂ ਮੈਂ ਇਹ ਪੰਗਤੀ ਸੁਣੀ ਹੈ ਵੀ ਮੈਨੂੰ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਸ਼ੰਕਾ ਹੋ ਗਿਆ ਜੀ। ਚੇਤਾ ਰੱਖਿਓ ਇਹ ਉਹਦੇ ਮੂੰਹ ਤੋਂ ਹੈ ਜਿਹੜਾ ਸ਼ਰਧਾ ਵਾਲਾ ਭਾਵਨਾ ਵਾਲਾ ਸੱਚਾ ਗੁਰੂ ਦਾ ਸਿੱਖ ਹੈ ਨਾ, ਉਹ ਕਦੀ ਆਪਣੀ ਜ਼ੁਬਾਨ 'ਤੇ ਇਹ ਗੱਲ ਨਹੀਂ ਲੈ ਕੇ ਆਏਗਾ ਵੀ ਮੈਨੂੰ ਬਾਣੀ ਉੱਤੇ ਸ਼ੰਕਾ ਹੋ ਗਿਆ ਜੀ, ਕਿਉਂਕਿ ਗੁਰਬਾਣੀ ਸੁਪਰੀਮ ਹੈ। ਹਾਂਜੀ ਰਹਿਓ ਵਿਚਾਰ ਨਾ ਕਿਉਂ ਹੋ ਖੋਵਾ। ਕਹਿਣ ਲੱਗਾ ਵੀ ਮੈਂ ਬੜਾ ਸਮਝਣ ਦਾ ਯਤਨ ਕੀਤਾ ਪਰ ਗੱਲ ਮੇਰੀ ਸਮਝ 'ਚ ਨਹੀਂ ਆ ਰਹੀ। ਹਮਰੇ ਮਤ ਮਹਿ ਸਪਤ ਬਖਾਨੇ, ਵੀ ਸਾਡੇ ਤੁਰਕਾਂ ਵਿੱਚ ਤਾਂ ਸੱਤ ਕਹੇ ਆ, ਸੱਤ ਹੀ ਹੋਰ ਪਤਾਲ ਨੇ, ਸੱਤ ਹੀ ਹੋਰ ਆਕਾਸ਼ ਨੇ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ। ਹਾਂਜੀ ਸੋ ਭੀ ਨੀਕੋ ਜਾਏ ਨਾ ਜਾਣੈ। ਕਹਿਣ ਲੱਗਾ ਵੀ ਸਾਨੂੰ ਤੇ ਸੱਤਾਂ ਦਾ ਪਤਾ ਪੜਿਆ ਤੇ ਸੱਤ ਅਸੀਂ ਕਿਹੜਾ ਵੇਖੇ ਹੈ, ਆਖੋ ਵਾਹਿਗੁਰੂ ਉਹ ਵੀ ਸਾਨੂੰ ਚੰਗੀ ਤਰ੍ਹਾਂ ਪਤਾ ਨਹੀਂ ਹੈ। ਹਾਂਜੀ ਇੱਕ ਆਕਾਸ਼ ਤੇ ਪਰੈ ਆਕਾਸ਼, ਇਹੋ ਹੀ ਸੁਣਿਆ ਵੀ ਇੱਕ ਆਕਾਸ਼ ਹੈ ਉਹਦੇ ਤੋਂ ਪਰਾਂ ਵੀ ਇੱਕ ਹੋਰ ਆਕਾਸ਼ ਹੈ। ਹਾਂਜੀ ਤਹਿ ਕੋ ਸੂਰਜ ਚੰਦ ਪ੍ਰਕਾਸ਼, ਵੀ ਉੱਥੇ ਇੱਕ ਸੂਰਜ ਹੋਰ ਹੈ ਉੱਥੇ ਚੰਦ ਵੀ ਹੋਰ ਹੈ। ਵੇਖੋ ਰੱਬੀ ਬਾਣੀ ਦੇ ਬੋਲਣੇ ਸੂਰਜ ਅਤੇ ਚੰਦਰਮਾ ਵੀ ਇੱਕ ਨਹੀਂ ਹੈਗਾ ਜੀ। ਗੁਰੂ ਅੰਗਦ ਸਾਹਿਬ ਕਹਿੰਦੇ ਜੇ ਸੌ ਚੰਦਾ ਉਗਵ ਹੈ, ਸੌ ਚੰਦ ਸੂਰਜ ਚੜ੍ਹੇ ਹਜ਼ਾਰਾਂ ਸੂਰਜਾਂ ਦੀ ਗੱਲ ਕੀਤੀ। ਹਾਂਜੀ ਕਿਉਂ ਨਾ ਇਹਾਂ ਤੇ ਸੋ ਦਿਖ ਪਰੈ, ਕੇਤੋ ਬੀਚ ਰਚਿਓ ਇਤ ਪਰੈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਫਿਰ ਉਹ ਕਹਿੰਦੇ ਆ ਕਿਉਂ ਨਾ ਇਹਾਂ ਤੇ ਸੋ ਦਿਖ ਪਰੈ, ਵੀ ਜੇ ਆਕਾਸ਼ ਹੋਰ ਨੇ ਪਤਾਲ ਵੀ ਹੋਰ ਨੇ ਤੇ ਉਹਨਾਂ ਦੇ ਸੂਰਜ ਚੰਦਰਮਾ ਵੀ ਹੋਣਗੇ ਤੇ ਸਾਨੂੰ ਵੇਖਦੇ ਕਿਉਂ ਨਹੀਂ ਹੈਗੇ। ਜੇ ਤੁਮ ਕਹੋ ਦੂਰ ਬਹੁ ਹੈ ਇਸ ਥਲ ਤੇ ਦ੍ਰਿਸ਼ਟੀ ਨਹਿਲ ਹੈ। ਜੇ ਉਹ ਬਾਬਾ ਰਾਮ ਰਾਏ ਜੀ ਨੂੰ ਕਹਿੰਦੇ ਵੀ ਆਪਾਂ ਆਖੀਏ ਵੀ ਉਹ ਤੇ ਦੂਰ ਨੇ ਜੀ, ਪਤਾਲ ਆਕਾਸ਼ ਅਗਲਾ ਆਕਾਸ਼ ਦੂਰ ਹੈ, ਤੇ ਜੇ ਆਕਾਸ਼ ਦੂਰ ਹੈ ਤੇ ਸੂਰਜ ਚੰਦਰਮਾ ਹੋਰ ਦੂਰ ਹੈ। ਹਾਂਜੀ ਜੇ ਤੇ ਨਭ ਤੇ ਤੇ ਸਸੂਰ ਇਹ ਤੋਂ ਕਹੀਅਤ ਰੀਤੀ ਅਕੂਰ। ਪਰ ਇਹ ਤੇ ਗੱਲ ਹੈ ਨਾ ਵੀ ਜੇ ਆਕਾਸ਼ ਦੂਰ ਹੈ ਤੇ ਸੂਰਜ ਚੰਦਰਮਾ ਤੇ ਹੈਗੇ ਹੈ ਨਾ ਸਾਰੇ। ਹਾਂਜੀ ਤੋ ਤੁਮ ਸ਼ਕਤਵੰਦ ਦਿਖ ਰਾਵ ਹੋ ਪਰ ਆਕਾਸ਼ ਕੇ ਸੀਸ ਨਿਵਾਰਾ। ਪੜੋ ਤੋ ਤੁਮ ਸ਼ਕਤਵੰਦ ਦਿਖ ਰਾਵ ਹੋ ਪਰ ਆਕਾਸ਼ ਕੇ ਸਸ ਨਿਰਾਵੋ। ਕਹਿਣ ਲੱਗੇ ਜੇ ਤੁਸੀਂ ਸ਼ਕਤੀ ਵਾਲੇ ਹੋ ਨਾ ਇੱਕ ਕੰਮ ਕਰੋ, ਆਖੋ ਵਾਹਿਗੁਰੂ ਵਾਹਿਗੁਰੂ। ਬੜੇ ਸ਼ੈਤਾਨ ਹੈਗੇ ਹੁਣ ਸਾਨੂੰ ਉਹ ਕੋਈ ਕੰਮ ਕਰਨ ਨੂੰ ਕਵੇ ਅਸੀਂ ਤਾਂ ਨਹੀਂ ਕਰ ਸਕਦੇ ਜੀ। ਕਹਿੰਦੇ ਵੀ ਜਿਹੜਾ ਪਰਲਾ ਆਕਾਸ਼ ਹੈ ਉਸ ਆਕਾਸ਼ ਦਾ ਚੰਦ ਸਾਨੂੰ ਇਸ ਆਕਾਸ਼ ਤੇ ਵਿਖਾ ਦਿਓ ਵਿਖਾ ਦਿਓ। ਹਾਂਜੀ ਉੱਗਿਓ ਆਜ ਸਸ ਪੂਰਨ ਮਾਸ਼ੀ, ਕਿਉਂਕਿ ਅੱਜ ਪੁੰਨਿਆਂ ਦਾ ਚੰਦ ਚੜ੍ਹਿਆ। ਹਾਂਜੀ ਇਹ ਸਮ ਦੂਜੋ ਹੋਏ ਪ੍ਰਕਾਸ਼ੀ, ਤੇ ਉੱਧਰ ਵੀ ਪੁੰਨਿਆ ਹੀ ਹੋਏਗੀ
ऐसा ही चंद दूसरे पासे भी होएगा। सभा बिलुक है अचरज राची तौ जन है बानी गुर साची। ये सभा वेखे सारी फिर मनांगे भी जे चंद गुरु नानक साहब दे घर चो इको वेले कोई दो बखा सकता है ते पताल भी लख हो सकते है फिर मनांगे। सुन श्री राम राय जी कहो इसमें क्या संशय तुम लहो। श्री वाहे गुरु वाहे गुरु। बाबा राम राय जी कहते भले लोको ये कादा शंका करते हो। श्री सतगुर सब साच बखानी वे सतगुरु गुरु नानक साहब जी की बाणी सच्ची है। जिती पहुंच नीके कर जानी भी जिन्नी महाराज सच्चे पातशाह ने पहुंच कीती है उन्नी किसे होर ने नहीं कीती ते महाराज ने बाणी च लिख दिता। हाँ जी जब साहिब पहुंचे बगदाद बाबा राम राय जी कहिंदे जो सतगुरु गुरु नानक देव साहिब बगदाद की धरती ते गए सन ना तिनके पीर कीन बहबाद उदों भी इसे पंगती तो बगदाद दे पीरां ने चर्चा कीती सी गुरु साहब नाल। उन्हां विच पीर दस्तगीर सीगा जी मुखी। हाँ जी इस तुक को मन नह कैसे ओ कहिंदे सी भी असीं इस तुक नूं नहीं मन्नदे। जान है तबै पिखों चख तैसे अखां ना वेखांगे ते फिर मन्नांगे। हाँ जी सुन श्री सतगुर तिसे दिखाए उदों फिर महाराज सच्चे पातशाह ने कहा भी चल साडे नाल ते दस्तगीर कहिंदा भी मैं तां बजुर्ग हां ते कहिंदा मेरा पुत लै जो। महाराज ने उहदे पुत्र नूं नाल लिया ते लखां ही पताल विखाए ते लखां ही आकाश विखा दिते जी। आखो वाहे गुरु वाहे गुरु। हाँ जी गहे ओ हाथ कह नैन मुंदाए महाराज कहिंदे उत्थे सभा विच हाथ फड़ दे महाराज ने दस्तगीर दे पुत्र दे अखां बंद करा लियां। हाँ जी हार गयो देखत अनगन को ते फिर सुरत करके वेखदियां वेखदियां वह हार गया ते पताल नहीं मुकदे आकाश नहीं सी मुकदे धरती होर पर होर होर होर। हाँ संसै सकल बिनासियो मन को फिर महाराज ने विखाए उन्हां दा शंका नाश होया। हाँ जे तुम भरम करत हो कूर हम कर दै है सगरो दूर। पर तुही ते गल ही छोटी जी कीती है जे तुही भरम करदे हो असी तुहानू विखा दिंदे आ। हाँ अब दूसर सस आए प्रकाश है हुणे ही दूजे लोक दा चंद्रमा जिहड़ा ओह हुणे इत्थे चानण करेगा कहिंदे आ। हाँ सब के संसे तुरत विनाशे फिर ते शंका दूर हो जाएगा ना। आखो वाहे गुरु वाहे गुरु। वो कहिंदे हो जाएगा जी हो जाएगा पर उन्हां नूं पता ही भी दूजे दूजा दूजी दुनिया दा चंद इत्थे किवें आएगा दूजी धरती दा चंद इत्थे किवें देखांगे। हाँ इतने मह सब को दृष्टायो बस इन्ना ही उन्हां कहा भी हो जाएगा ते बाबा राम राय जी कहिंदे वेखो उसे वेले दूजा चंद चढ़ गया जी। आखो वाहेगुरु वाहेगुरु। पुन्निया दा रात जिहड़ी हुंदी ओ चाननी रात हुंदी है क्योंकि चंद पूरा हुंदा है पर जदों दो चंद चढ़ गए ना होर चानण हो गया जी होर चानण हो गया। जिवें शामां दे समें ना पूरा चानण हुंदा ते ना नेरा ही हुंदा जी इहो जिहा उत्थे माहौल बन गया। हांजी नभ मह दूसर सस प्रगटायो आकाश विच दूजा चंद्रमा प्रगट हो गया दूजा जी। जग देखत सगरे बिस्माए जदों एकदम चानण हो गया ना ज्यादा
सारे दिल्ली ने वेख्या, हैरान हो गए भी अज दो दो चंद चढ़े हुए है। वेखो असी कदी कदी खुलियां थावां ते ये नज़ारा वेखदा भी सूरज भी वेखदा ते चंद भी वेखदा जे खुलियां थावां ते जी भी एक पासे सूरज डुब रहा हुंदा दूजे पासे चंद चढ़ रहा हुंदा जी, पर दो दो चंद आपां भी नहीं वेखे जी। बाबा राम राय जी ने तत्काल ही विखाए दे, होर भी सूरज भी कहिंदे ते ओह भी विखा देने हीगे जी, उन्हां क्या ही चंद की गल की। बस जग देखत सगरे बिस्माए, हां जी भा अचर जगत लखी ना जाए, हैरान हो गए सारे कुछ समझ ही ना आवे। कब आकाश में भयो ना ऐसी, कदी अगे आसमान दे विच इस तरह नहीं सी देखिया, देखियो नहीं सुनियो नह कैसी, ना कदी देखिया, देखन दी ते गल छड्डो सुनिया भी नहीं सी कदी इस तरह भी दो दो चंद चढ़े है। हाँ जी, पुस्तक अनेक किताब मझारी, हुण उहना जिहड़े कहिंदे असीं इलम वाले आ बड़िया किताबां पढ़िया ही जी, बड़िया पुस्तक पढ़िया सन, पढ़ियो ना किन भा अचरज भारे, पर कदी पढ़िया भी नहीं सी भी एक आकाश ते दो चंद आ जाणगे, पर बाणी कहिंदी है आखो वाहेगुरु वाहेगुरु, बाणी कहिंदी जे सौ चंद उग जाण, जे ओह कहिंदे ना इस पंक्ति दे अर्थ करके विखाओ ते बाबा राम राय जी ने इहदे भी अर्थ कर देने हैगे, सौ चंद भी चढ़ा देने सीगे ते हजार सूरज भी विखा देने सी, पर उन्होंने अजे दो ते ही आए जी। ओ हाँ जी, ऊचे चढ़ चढ़ पुर मैं देखें, सारे आप नगर दे विच ना कोठियां ते चढ़ चढ़ वेखण। हाँ जी, करहें परस्पर बिस्म बिसेखें, हुण सारी दिल्ली नूं ते नहीं ना पता भी सभा च की गल हो रही है, लोग कोठे चढ़ चढ़ के वेखण ते गल्लां करण, सभा सर्ब हेरत बिस्माई, सारी सभा वेख वेख के वेख वेख के हैरान हो गई जी सभा भी। हां, बिगसत शाहो सो दृष्ट लगाई, उधरों नरंगा भी बड़ा खुश होया, ਉਹ ਤੇ ਕਦੀ ਉਸ ਚੰਦ ਨੂੰ ਵੇਖੇ, ਕਦੀ ਉਸ ਨੂੰ ਵੇਖੇ, ਕਦੀ ਉਹਨੂੰ ਵੇਖੇ, ਕਦੀ ਉਹਨੂੰ ਵੇਖੇ, ਸਭ ਕੇ ਮਨ ਅਚਰਜ ਨਹਿ ਥੋਰਾ, ਇਸ ਪਰ ਚੱਲ ਹੈ ਕਹੋ ਕਿਸ ਜੋਰਾ, ਹੁਣ ਕਾਹਦਾ ਜ਼ੋਰ ਸੀਗਾ ਜੀ ਕਿਸੇ ਦਾ, ਕੋਈ ਜ਼ੋਰ ਨਹੀਂ ਚੱਲਿਆ। ਹਾਂਜੀ, ਦੁਐਸ਼ੀ ਮੁੱਲਾਂ ਅਰ ਅਲਮਾਊ, ਜਰ ਜਰ ਜਾਹੈ ਬੇ ਲੋਕ ਪ੍ਰਭਾਉ, ਉਹ ਦੁਐਸ਼ੀ ਜਿਹੜੇ ਈਰਖਾ ਕਰਦੇ ਉਹ ਹੋਰ ਸੜ ਗਏ, ਆਖੋ ਵਾਹਿਗੁਰੂ ਵਾਹਿਗੁਰੂ, ਉਹ ਹੋਰ ਸੜ ਗਏ ਵੀ ਇਹ ਕੀ ਬਣ ਗਿਆ ਜੀ। ਸੋ ਸੰਗਤ ਜੀ, ਗੁਰੂ ਘਰ ਦੀ ਸ਼ਕਤੀ ਬਹੁਤ ਵੱਡੀ ਹੈ, ਕੋਈ ਚੈਲੰਜ ਨਾ ਕਰੇ, ਗੁਰੂ ਘਰ ਦੀ ਸ਼ਕਤੀ ਬਹੁਤ ਵੱਡੀ ਹੈ। ਅੱਜ ਬਾਹਰੀ ਤੌਰ 'ਤੇ ਇਹੋ ਹੀ ਹੈ ਜਿਹਨੂੰ ਡਾਕਟਰ ਜਵਾਬ ਦੇ ਦੇਣ, ਕੱਲ੍ਹ ਅਸੀਂ ਰਾਤ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ 'ਤੇ ਜਲਾਲਪੁਰ ਪਿੰਡ 'ਚ ਕਥਾ ਕਰਕੇ ਆ ਰਹੇ ਸਾਂ, ਮੈਨੂੰ ਆ ਕੈਮਰੇ ਵਾਲੇ ਸਿੰਘ ਨੇ ਗੱਲ ਸੁਣਾਈ ਗੁਰੂ ਰਾਮਦਾਸ ਜੀ ਦੇ ਘਰ ਦੀ ਵਡਿਆਈ, ਇਹਦੀ ਭੂਆ ਬੀਬੀ ਪ੍ਰਕਾਸ਼ ਕੌਰ ਨਾਮ, ਚੌਥੀ ਸਟੇਜ ਵਾਲੀ ਕੈਂਸਰ ਸੀ, ਚੌਥੀ ਸਟੇਜ ਵਾਲੀ ਕੈਂਸਰ ਜੀ, ਡਾਕਟਰਾਂ ਜਵਾਬ ਦੇ ਤਾ ਵੀ ਦਵਾਈਆਂ ਦੇ ਆਸਰੇ ਜਿੰਨਾ ਚਿਰ ਇਹ ਬੀਬੀ ਬਚਦੀ ਹੈ ਬਚਦੇ, ਵੱਧ ਨਹੀਂ ਬਚ ਸਕਦੀ। ਡਾਕਟਰਾਂ ਕਿਹਾ ਵੀ ਤੁਸੀਂ ਲੇਟ ਹੋ ਗਏ ਹੋ, ਇਹ ਨਹੀਂ ਹੋ ਸਕਦਾ। ਹੁਣ ਜਵਾਬ ਦੇ ਤਾ ਕਿਸੇ ਭਲੇ ਪੁਰਸ਼ ਨੇ ਰਾਏ ਦਿੱਤੀ ਹੋਏਗੀ ਹਰਿਮੰਦਰ ਸਾਹਿਬ ਦੀ, ਉਹਨਾਂ ਨੇ ਬੀਬੀ ਪ੍ਰਕਾਸ਼ ਕੌਰ ਹੋਣਾ ਅਰਦਾਸ ਕਰਤੀ ਵੀ 40 ਦਿਨ ਮੈਂ ਗੁਰੂ ਰਾਮਦਾਸ ਜੀ ਤੁਹਾਡੇ ਸਥਾਨ 'ਤੇ ਸੇਵਾ ਕਰਾਂਗੀ, ਦੁੱਖ ਭੰਜਣੀ ਬੇਰੀ 'ਚ ਇਸ਼ਨਾਨ ਕਰਨਾ ਤਾਂ ਉੱਥੇ ਲਾਗੇ ਲਾਗੇ ਸੇਵਾ ਕਰਨੀ, ਪੋਚਾ ਮਾਰਨ ਦੀ ਸੇਵਾ ਕਰਦੇ ਉੱਥੇ ਲਾਗੇ ਲਾਗੇ ਸੇਵਾ ਕਰਨੀ ਜੀ, ਜਦੋਂ ਲਾਗੇ ਲਾਗੇ ਉੱਥੇ ਸੇਵਾ ਕਰਨੀ
दस कु दिन तो घर वापस आते रहे जी, भी सवेरे जाना शामी वापस आना, सारा दिन सेवा करे, ये नहीं भी दो घंटे ला ले तो छुट्टी दी, सारा दिन सेवा करनी, महीना फिर उत्थे ही सरांच कमरा लैके तो रह पे जी, सेवा की ते 40 दिन जो पूरे हो गए, अरदास हो गई तो जाके रिपोर्ट कराई तो डॉक्टर कहें भी दसो दवाई केड़ी खा के आए हो, कैंसर है ही नहीं, जिन्हों आप कहने नील रिपोर्ट, वो नील रिपोर्ट आई, नील रिपोर्ट कोई शरदा बना के वेखे, कोई भावना बना के वेखे, एक नहीं ऐसिया बड़िया उदाहरण ने। सो सात संगत जी, ये गुरु घर बहुत वड्डा, इत्थे जो नहीं सोचा हुंदा वह भी हो जाता जी, बहुत बहुत ही वड्डी गल है ना, कैंसर चौथी स्टेज ते आना, ते ओह विज्ञानी जिहड़ा सी भारद्वाज मस्कीन जी दे नाल, ओह 1.5 साल स्टेज दे उत्ते बोलता रहा, 1.5 साल मस्कीन जी दे नाल रहा जी, वह तो मनदा ही नहीं सी हुंदा, कैंसर हो गई जी उन्हों, मनदा ही नहीं सी भी रब हैगा, वह तो सगों खोज करन वाला सीगा जी, कितों मनदा सीगा, पर मनना पिया जी, किसे गुरमुख ने दस दिता भी सिख सी उहदा मित्र ही सी, उन्हें कह दिता भी जे तेनू भरोसा दवा दीए भी रब हैगा, आ तेरा रोग ठीक हो जाए, मन जाएगा भी रब हैगा, वह कहिंदा मन लांगा, कहिंदा फिर तेनू विखा देने चल गुरु रामदास जी दे घर, वेखो आपां कोई होर रब नहीं जे वेख्या, पर जे इन्हां अखां नाल वेख्या ते हरिमंदर साहब ही रब है, उहनू ही वेख्या जे रब, वह खुद रब ही है, जिथे झंडे गुंगे स्थान है उत्थे वह आए जी, उत्थे थले बैठा नहीं सी जांदा, ते लागे छोटा जा बहण दा प्रबंध कीता, वह बह के पाठ सुन लग पए, दसदे आ जदों सुखमनी साहब ते पाठ आया, गुरु ग्रंथ साहब चो लाइट निकली, उहदे विच प्रवेश होई, उहनूं इउं लगा मैं थोड़ा थोड़ा ठीक हाँ, ज़्यादा समा बहण लग पिया, भोग पैण तक बिल्कुल ही ठीक हो गया जी, बड़िया बड़िया बरकत ने सतगुरां दीआं, बाबा राम राय जी 2 चंद विखाउंदा इहने, वड्डी गल नहीं है, वह 100 भी कहिंदे ते बाबा इहने 100 भी विखा देने सीगे, सतगुरु जी कृपा करन, अगला प्रसंग कल नूं सुणांगे, गज के फतेह बुलाओ, वाहिगुरु जी का खालसा वाहिगुरु जी की फतेह।